ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਔਰ ਅੱਜ ਦੀ ਵੀਡੀਓ ਹੈਗੀ ਆ ਕੈਨੇਡਾ ਦਾ ਸਟੱਡੀ ਵੀਜ਼ੇ ਦੇ ਉੱਤੇ। ਚਾਹੇ ਜੋ ਵੀ ਆ, ਉਹਨਾਂ ਨੇ ਫੀਸਿਸ ਆਪਣੀਆਂ ਇਨਕਰੀਜ਼ ਕੀਤੀਆਂ ਹੋਈਆਂ ਆ ਅਤੇ ਸਕਸੈਸ ਰੇਟ ਤਾਂ ਵਧੀਆ ਹੀ ਚੱਲਦਾ ਪਿਆ ਹੈ ਕੈਨੇਡਾ ਦਾ, ਪਰ ਫਿਰ ਵੀ ਬਹੁਤ ਸਾਰੇ ਬੱਚੇ ਆ ਜਿਹੜੇ ਕੈਨੇਡਾ ਹੀ ਜਾਣਾ ਚਾਹੁੰਦੇ ਆ ਆਪਣੀ ਸਟੱਡੀ ਦੇ ਲਈ ਅਤੇ ਅੱਗੇ ਆਪਣੇ ਫਿਊਚਰ ਦੇ ਲਈ। ਅਤੇ ਕਿਸ ਤਰੀਕੇ ਦਾ ਕੇਸ ਵੀ ਸੀਗੇ ਜਿਹੜੇ ਆਪਾਂ ਕੁਛ ਇੱਦਾਂ ਦੇ ਕੇਸ ਆ ਜਿਹੜੇ ਕਿ ਬਹੁਤ ਮੁਸ਼ਕਲ ਆ ਦੇਖਣ ਨੂੰ ਲੱਗਦੇ ਆ, ਜਿਹੜੇ ਬੱਚਿਆਂ ਨੂੰ ਲੱਗਦਾ ਆ ਕਿ ਮੈਂ ਇੰਨੀ ਸਟੱਡੀ ਕਰ ਚੁੱਕਿਆ ਹਾਂ ਜਾਂ ਮੇਰਾ ਇੰਨਾ ਜ਼ਿਆਦਾ ਗੈਪ ਆ ਅਤੇ ਮੇਰਾ ਕੈਨੇਡਾ ਦਾ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਦੇ ਉੱਤੇ ਆਹ ਵੀਡੀਓ ਆ। ਜਿੱਦਾਂ ਹੀ ਸਾਡੀ ਸਕਸੈਸ ਸਟੋਰੀ ਦੇ ਅਕੋਰਡਿੰਗ ਅਤੇ ਸਾਡੇ ਪ੍ਰੀਵੀਅਸ ਵੀਜ਼ੇ ਦੇ ਅਕੋਰਡਿੰਗ, ਜਿਹੜਾ ਕਿ ਇੱਕ ਸਾਡੇ ਲਈ ਵੀ ਚੈਲੇਂਜਿੰਗ ਸੀਗਾ ਕਿ ਜੇ ਆਪਾਂ ਇੱਦਾਂ ਦਾ ਕੇਸ ਵੀ ਕਰ ਸਕਦੇ ਹਾਂ ਅਤੇ ਹਰ ਇੱਕ ਤਰੀਕੇ ਦਾ ਕੇਸ ਕਰ ਸਕਦੇ ਹਾਂ। ਕੇਸ ਚਾਹੇ ਜੇਕਰ ਤੁਸੀਂ ਬੈਚਲਰ ਕੀਤੀ ਆ, ਮਾਸਟਰ ਕੀਤੀ ਆ ਜਾਂ ਡਬਲ ਮਾਸਟਰ ਕੀਤੀ ਆ, ਜਾਂ ਫਿਰ ਤੁਹਾਡੀ ਸਟੱਡੀ ਦੇ ਵਿੱਚ ਗੈਪ ਆ 6 ਸਾਲ ਦਾ, 7 ਸਾਲ ਦਾ, 10 ਸਾਲ ਤੱਕ, ਤੁਸੀਂ ਤਾਂ ਵੀ ਕੈਨੇਡਾ ਦਾ ਵੀਜ਼ਾ ਲੈ ਸਕਦੇ ਹਾਂ ਸਟੱਡੀ ਵੀਜ਼ਾ। ਰਿਕੁਆਇਰਮੈਂਟਸ ਕੀ ਆ, ਜੇਕਰ ਤੁਸੀਂ ਸਟੱਡੀ ਜੈਨੂਇਨ ਕੀਤੀ ਆ, ਜੇਕਰ ਤੁਹਾਡਾ ਗੈਪ ਹੈਗਾ ਆ, ਤੁਸੀਂ ਜਸਟੀਫਾਈ ਕਰਦੇ ਪਏ ਹੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੈਨੂਅਨਲੀ ਤੁਸੀਂ ਦੱਸਦੇ ਪਏ ਹੋ ਕਿ ਆ ਗੈਪ ਆ ਅਤੇ ਅਸੀਂ ਇੱਦਾਂ ਇਹਨੂੰ ਕਵਰ ਕੀਤਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਪਏ ਹੋ, 6.5 ਓਵਰਆਲ ਬੈਂਡ ਲੈ ਕੇ ਆਉਂਦੇ ਹੋ ਅਤੇ ਵਧੀਆ ਬੈਂਡ ਲੈ ਕੇ ਆਉਂਦੇ ਹੋ, ਕਿਸੇ 'ਚੋਂ ਹੋ ਸਕਦਾ 7 ਹੋਣ ਜਾਂ 7.5 ਹੋਣ, ਅਤੇ ਇਸ ਤਰੀਕੇ ਨਾਲ ਵੀ ਤੁਸੀਂ ਜੇਕਰ ਵਧੀਆ ਬੈਂਡ ਸਕੋਰ ਲੈ ਆਉਂਦੇ ਹਾਂ ਜਾਂ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਮੀਟ ਕਰਦੇ ਹੋ 6.5 ਬੈਂਡ ਦੀ, ਅਤੇ ਬਹੁਤ ਸਾਰੀ ਯੂਨੀਵਰਸਿਟੀਜ਼ ਹੈਗੀਆਂ ਆ ਅਤੇ ਬਹੁਤ ਸਾਰੀਆਂ ਇੱਦਾਂ ਦੇ ਕੋਰਸ ਹੈਗੇ ਆ ਜਿਹੜੇ ਤੁਹਾਡੀ ਪ੍ਰੀਵੀਅਸ ਸਟੱਡੀ ਦੇ ਅਕੋਰਡਿੰਗ ਹੀ ਤੁਹਾਨੂੰ ਮਿਲਣਗੇ, ਜਿਹਨਾਂ ਦੇ ਉੱਤੇ ਸਕਸੈਸ ਰੇਟ ਬਹੁਤ ਵਧੀਆ ਰਹਿੰਦਾ ਆ, ਵੀਜ਼ਾ ਨਿਕਲ ਜਾਂਦਾ ਆ। ਅਤੇ ਕੀ ਡਾਕੂਮੈਂਟਸ, ਕੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ, ਸਾਰੀ ਦੀ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਕੇ ਡਿਸਕਸ ਕਰਕੇ ਤੁਹਾਡੀ ਫਾਈਲਿੰਗ ਦੇ ਅਕੋਰਡਿੰਗ ਸਾਰੇ ਡਾਕੂਮੈਂਟਸ ਰੈਡੀ ਕਰਕੇ ਆਪਾਂ ਅੰਬੈਸੀ ਦੇ ਵਿੱਚ ਲਗਾਉਂਦੇ ਹਾਂ। ਸਾਡੇ ਕੋਲ ਸਟਾਫ ਡਿਫਰੈਂਟ ਤਰੀਕੇ ਦੇ ਨਾਲ ਕੰਮ ਕਰਦਾ ਆ। ਮੇਨ ਅਸੀਂ ਕੰਮ ਕੀ ਕਰਦੇ ਹਾਂ, ਫੋਕਸ ਕਰਦੇ ਹਾਂ ਵੀਕ ਪੁਆਇੰਟਸ ਦੇ ਉੱਤੇ। ਜਿੱਦਾਂ ਹੀ ਸਾਨੂੰ ਵੀਕ ਪੁਆਇੰਟਸ ਆਪਾਂ ਬਣਾਉਂਦੇ ਹਾਂ, ਲਿਸਟ ਬਣਾਉਂਦੇ ਹਾਂ, ਉਹ ਵੀਕ ਪੁਆਇੰਟਸ ਆਪਾਂ ਪਹਿਲਾਂ ਕਵਰ ਕਰਦੇ ਹਾਂ, ਫਿਰ ਫਾਈਲ ਜਿੰਨੀ ਵੀ ਤਿਆਰ ਕਰਦੇ ਹਾਂ ਸਟੈਪ ਬਾਏ ਸਟੈਪ ਉਹ ਫਾਈਲ ਨੂੰ ਦੇਖਦੇ ਹਾਂ। ਅਲੱਗ ਅਲੱਗ ਸਟਾਫ 3-4 ਹੱਥੋਂ ਜਦੋਂ ਫਾਈਲ ਨਿਕਲਦੀ ਆ, ਅਸੀਂ ਸੋਚਦੇ ਹਾਂ ਅਲੱਗ ਅਲੱਗ ਕਿ ਆਫਿਸਰ ਕਿਸ ਤਰੀਕੇ ਨਾਲ ਸੋਚਦਾ ਆ ਫਾਈਲ ਚੈੱਕ ਕਰਨ ਵੇਲੇ, ਅਤੇ ਉਹ ਚੀਜ਼ਾਂ ਨੂੰ ਆਪਾਂ ਮੁੱਖ ਰੱਖਦੇ ਹੋਏ, ਉਹਨਾਂ ਨੂੰ ਫਰੰਟ 'ਤੇ ਰੱਖਦੇ ਹੋਏ ਫਿਰ ਉਹ ਪੁਆਇੰਟਸ ਨੂੰ ਓਵਰਕਮ ਕਰੀਦਾ ਆ, ਅਤੇ ਜਿਹਦੇ ਕਰਕੇ ਸਾਨੂੰ ਈਜ਼ੀ, ਸਾਨੂੰ ਵੀ ਸੈਟਿਸਫੈਕਸ਼ਨ ਹੋ ਜਾਂਦੀ ਆ ਕਿ ਸਾਡਾ ਵੀਜ਼ਾ ਆਊਗਾ, ਅਤੇ ਆਫਿਸਰ ਨੂੰ ਵੀ ਲੱਗਦਾ ਆ ਕਿ ਇਹਨਾਂ ਨੇ ਫਾਈਲ ਤਿਆਰ ਕੀਤੀ ਆ, ਇਹਨਾਂ ਨੇ ਡਾਕੂਮੈਂਟ ਪ੍ਰੋਵਾਈਡ ਕੀਤੇ ਆ, ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਆ, SOP ਦੇ ਵਿੱਚ ਸਾਰਾ ਕੁਛ ਮੈਨਸ਼ਨ ਕੀਤਾ ਆ, ਉਹਨੂੰ ਵੀ ਵੀਜ਼ਾ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਟਰ ਨਹੀਂ ਕਰਦਾ ਤੁਹਾਡਾ ਕਿੰਨਾ ਗੈਪ ਆ, ਤੁਸੀਂ ਜਸਟੀਫਾਈ ਕਰੋ ਆਪਣਾ ਗੈਪ ਨੂੰ, ਠੀਕ ਹੈ, ਦੱਸੋ ਚੰਗੀ ਤਰ੍ਹਾਂ ਜੋ ਵੀ ਤੁਹਾਡਾ ਗੈਪ ਆ, ਜੋ ਕੀਤਾ ਤੁਸੀਂ, ਤੁਹਾਡੀ ਸਟੱਡੀ ਕਿੰਨੀ ਰਹੀ ਆ, ਤੁਸੀਂ ਜੋਬ ਰੁਕ ਰੁਕ ਕੇ ਕੀਤੀ ਆ, ਰੈਗੂਲਰ ਨਹੀਂ ਜੋਬ ਕੀਤੀ, ਛੱਡ ਛੱਡ ਕੇ ਜੋਬ ਕੀਤੀ ਆ, ਟਾਈਮਿੰਗ ਵਿੱਚ ਜੋ ਵੀ ਸੀਗੇ ਤਰੀਕੇ ਜੋ ਵੀ ਤੁਸੀਂ ਕਰਿਆ। ਹੋਪਫੁਲੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੂਗੀ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਦਿੱਤੇ ਹੋਏ ਨੰਬਰ 'ਤੇ ਕਾਲ ਕਰਕੇ ਤੁਸੀਂ ਕੈਨੇਡਾ ਦਾ ਆਪਣਾ ਸਟੱਡੀ ਵੀਜ਼ਾ ਕਰਵਾ ਸਕਦੇ ਹਾਂ। ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਸਾਰਾ ਤੁਹਾਨੂੰ ਗਾਈਡ ਕਰਕੇ ਫਿਰ ਉਹਦੇ 'ਤੇ ਕੰਮ ਕਰਾਂਗੇ ਅਤੇ ਸਾਰੀ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਡੇਲੀ ਬੇਸਿਸ ਦੇ ਉੱਤੇ, ਠੀਕ ਹੈ ਜੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ ਅਤੇ ਆਪਣੀ ਫਾਈਲਿੰਗ ਕਰਵਾਉਣ ਲਈ ਦਿੱਤੇ ਹੋਏ ਨੰਬਰ 'ਤੇ ਕਾਲ ਕਰ ਲਿਓ। ਥੈਂਕ ਯੂ ਸੋ ਮਚ।